हाय गाइस वेलकम बैक टू न्यू व्लॉग। ते सब तो पहला इधर ही बिठा रहा मैं। ते आज साड़ी जेड़ी की चोटी सानू मार दी, आज मज बन गई आ। ते आज मतलब सू चली आ, डैडी नू फोन ला। वैसे तो हुण मल्ला वाले चले सीगे समान समून लैण वास्ते, तो हुणे पता लगा। तो फिर मैं वेख्या भी, मैं कहा चलो कैमरा लैके आने। तो स्पैशल कह रही अभी भी व्लॉग बनाए, तो अं व्लॉग बनाने पे हाँ। हाँ बई तेरा दोस्त आता पाया हूँ छोटा जहा बी, बीबी अज सिर आँदी पी, बीबी ਮੱਝ ਸੂ ਚੱਲੀ। ਬੀਬੀ ਤੂੰ ਤਾਂ ਰੋਲ ਬੜਾ ਵਧੀਆ ਕਰ ਸਕਦੀ ਆ। ਇਹ ਮੈਂ ਬਾਬੇ ਨਾਨਕ ਨੇ ਸਭ ਕੁਝ ਕਰਨਾ। ਬੀਬੀ ਉਹ ਠੀਕ ਆ, ਮੈਂ ਕਿਹਾ ਤੈਨੂੰ ਰੋਲ ਬਹੁਤ ਵਧੀਆ ਮਿਲ ਸਕਦਾ ਹਾਰਰ ਫਿਲਮ 'ਚ। ਮੈਂ ਤੇ ਇਹ ਵੇਖਣਾ ਚਾਹਣਾ ਕੱਟਾ ਹੋਊਗੀ ਜਾਂ ਕੱਟੀ ਹੋਊਗੀ, ਮੈਂ ਇਹ ਵੇਖ ਕੇ ਜਾਣਾ ਚਾਹਣਾ ਮੱਲਾਂ ਵਾਲੇ। ਮੰਮੀ ਕਹ ਰਹਾ ਮੈਂ ਕਦੀ ਨਹੀਂ ਇਦਾਂ ਕੀਤਾ। ਮੈਨੂੰ ਕੀ ਪਤਾ ਮੰਮੀ, ਤੁਸੀਂ ਤਾਂ ਕਰਦੇ ਰਹੇ ਆ ਫਿਰ ਵੀ। ਤੂੰ ਪਾਈ ਆ ਤੂੰ ਹੀ ਖੱਲੇ। ਆ ਜੀ ਇਹ ਦਿੱਤਾ ਵਾ ਕੱਟਾ, ਮੈਨੂੰ ਤਾਂ ਲੱਗਦਾ ਕੱਟਾ ਵਾ ਮੰਮੀ। ਹੈਂ ਕੰਨਾਂ 'ਚ ਫੂਕਾਂ ਨਾ ਮਾਰਦੇ ਮੰਮੀ, ਇਹ ਐਵੇਂ ਗੱਲਾਂ ਬਣਾਈਆਂ ਕੰਨਾਂ 'ਚ ਫੂਕਾਂ ਮਾਰਦੇ। ਜਿਹੜੇ ਜੰਗਲ 'ਚ ਮੱਝਾਂ ਸੂੰਦੀਆਂ ਵਾ ਉਹ ਕੰਨਾਂ 'ਚ ਫੂਕਾਂ ਮਾਰਦੇ ਆ। ਇਹ ਐਵੇਂ ਗੱਲਾਂ ਬਣਾਈਆਂ ਵਾ ਮੇਰੇ ਹਿਸਾਬ ਨਾਲ। ਇੱਧਰ ਵੇਖ ਲਓ ਮਾਂ, ਬਾਕੀ ਮਾਵਾਂ ਚੱਟਦੀਆਂ ਵਾ ਤੇ ਖੜੀ ਉਦਾਂ ਹੀ। ਇਹ ਕਹਿੰਦੀ ਹੋ ਖਰੇ ਕੀ ਗਿਆ ਵਾ ਇਹਨੂੰ, ਤੇ ਇਹਨੂੰ ਪਤਾ ਲੱਗਾ। ਮੰਮੀ ਆ ਕੀ, ਬਾਕੀ ਤੇ ਮੱਝਾਂ ਮੁੱਝਾਂ ਚੱਟਦੀਆਂ, ਇਹ ਇਦਾਂ ਵਾ ਵੈਸੇ। ਡੈਡੀ ਉਹਨਾਂ ਨੇ ਸੋਚਿਆ ਸੀ ਖਰੇ ਅੱਜ ਨਹੀਂ ਸੂਣੀ, ਮਤਲਬ ਦੋ ਤਿੰਨ ਦਿਨ ਬਾਅਦ 'ਚ ਮਤਲਬ ਸੂਗੀ, ਪਰ ਇਹ ਅੱਜ ਸੂਪੀ ਅਚਾਨਕ ਹੀ ਅਚਾਨਕ ਲਵਪ੍ਰੀਤ ਨੇ ਦੱਸਿਆ। ਤੇ ਮੈਂ ਕਿਹਾ ਕੈਮਰਾ ਭੱਜ ਕੇ ਮੈਂ ਲਿਆਇਆ, ਫਿਰ ਵਲੌਗ ਵੀ ਮੇਰਾ ਬਣ ਗਿਆ। ਡੱਬਾ ਲਿਆਵਾਂਗੇ ਬਾਈ, ਕਿਉਂਕਿ ਮੱਖਣੀ ਆਈ ਆ, ਕਿਉਂਕਿ ਗਾਵਾਂ ਦੀ ਮੱਖਣੀ ਨਿਕਲਦੀ ਨਹੀਂ ਇੰਨੀ, ਤੇ ਮੱਝਾਂ ਦਾ ਮਤਲਬ ਦੁੱਧ ਭਾਰਾ ਹੁੰਦਾ, ਤੇ ਇਹਨਾਂ ਦੀ ਤਾਂ ਮੱਖਣੀ ਵੀ ਬਣ ਜਾ ਕਰਨੀ, ਇਸ ਲਈ ਆਪਾਂ ਡੱਬਾ ਵੀ ਲਿਆਵਾਂਗੇ। ਆਪਦੇ ਬੱਚੇ ਨੂੰ ਵੇਖ ਲਾ ਬੱਚਾ ਤੇਰਾ, ਲੈ ਇਹ ਤਾਂ ਟੇਢਾ ਜਿਹਾ ਹੀ ਵੇਂਹਦੀ ਆ, ਕੱਟਾ ਲੱਗਦਾ ਮੈਨੂੰ ਤਾਂ। ਗੁੜ ਵਾ ਤੇ ਨਾਲ ਫੀਡ ਆ ਤੇ ਨਾਲ ਜਿਹੜੀ ਥੋੜੀ ਜਿਹੀ ਕਣਕ ਆ, ਇਹ ਮੱਝ ਨੂੰ ਦਿੰਨੇ ਆ। ਚੱਲ ਹੁਣ ਆਪਾਂ ਨੂੰ ਖਵਾਉਣੇ ਆ, ਮੈਨੂੰ ਦੇ ਦੋ। ਇਹ ਵੇਂਹਦੀ ਮੂੰਹਦੀ ਨੀ, ਇਹਦੇ ਹੱਲ ਜਮਾ ਹੀ ਨੀ, ਸਮਾਨ ਸਮੂਨ ਘਰ ਦਾ ਲੈਣ ਤੇ ਕਾਰ ਤੇ ਜਾਂਦੇ ਆ। ਦੇਖੋ ਬੀਬੀ ਹੁਣੀ ਹੁਣ ਧਿਆਨ ਦੇਣਗੇ ਮੱਝ ਵੱਲ, ਵੀ ਮਾਰਦੀ ਤੇ ਨੀ ਵੈਸੇ, ਉਹ ਕੁਛ ਨੀ ਕਹਿੰਦੀ, ਉਹਨੂੰ ਕਹਿੰਦੀ ਤੇ ਕੁਛ ਨੀ ਆ, ਬਾਕੀ ਇਹ ਪਹਿਲਾਂ ਨਾ ਤਾਂ ਇੱਦਾਂ ਕਰਦੀ ਪਈ ਆ। ਅਸੀਂ ਮੱਲਾਂ ਵਾਲੇ ਪਹੁੰਚ ਗਏ, ਦੇਖ ਲਓ ਅੱਗੇ ਅੱਗੇ ਟਰਾਲੀ ਜਾਣ ਡਈ, ਸਾਨੂੰ ਰਾਹ ਨਹੀਂ ਮਿਲਣ ਡਿਆ। ਇਹ ਸਭ ਤੋਂ ਪਹਿਲਾਂ ਆਪਾਂ ਨਾ ਜੂਸ ਪੀ ਲਈਏ, ਕਾਹਦਾ ਜੂਸ ਪੀਣਾ ਬਾਈ ਤੁਸੀਂ? ਅਸੀਂ ਪੀਣਾ ਮੌਸਮੀ, ਮੈਂ ਪਪੀਤਾ ਪਪਾਇਆ ਆ ਗਿਆ ਜੂਸ, ਕਾਫੀ ਚਿਰ ਬਾਅਦ ਅਸੀਂ ਵਲੌਗ ਸੇਵ ਬਣਾਉਂਦੇ। ਪਾ ਜਾ ਬਹਿ ਜਾ, ਉਹ ਸੱਚ ਆ ਮੇਰੇ ਲਈ ਵੀ ਇੱਕ ਕਰਾ ਦੀ, ਮਸੰਮੀ ਦਾ ਕਹਿ ਦੇ ਇੱਕ ਹੋਰ। ਉਹ ਨਾ ਨਾ ਜੂਟਾ ਨਾ ਕਰਦੀ, ਫਿਰ ਮੈਨੂੰ ਵੀ ਦੇ ਨਾ ਇੱਕ ਮੇਰੇ ਲਈ ਆ, ਉਹ ਆ ਵਾਲਾ ਮੇਰੇ ਲਈ ਆ ਇੱਕ। ਓ ਯਾਰ ਸਮਝਾ ਤੇ ਦਿੰਦਾ ਕੀ ਵੇ, ਇੱਕ ਮਸੰਮੀ ਇੱਕ ਪੀਤਾ ਮੇਰੇ ਲਈ ਨਹੀਂ, ਇੱਕ ਹੋਰ ਮਸੰਮੀ। ਕਮਾਲਾ ਕਮਾਲਾ ਕਮਾਲਾ, ਕਿਆ ਇਹਦਾ ਮੋਬਾਈਲ ਸਹੀ ਕਰਾਇਆ। ਹੁਣ ਵੇਖੋ ਹਨੇਰੇ ਕਿਸੇ ਦਾ ਮੁਰਸਲ ਲੈ ਕੇ, ਦੇਖ ਲਓ ਕਿਸੇ ਦਾ ਮੁਰਸਲ ਲੈ ਕੇ ਬਾਜ਼ਾਰਾਂ ਦੇ ਵਿੱਚ ਘੁੰਮਣ ਡਏ ਆ। ਇਹਨੇ ਮੋਬਾਈਲ ਸਹੀ ਕਰਾਇਆ, ਰੋਜ਼ ਹੀ ਇਹਦਾ ਖਰਾਬ ਹੋ ਜਾਂਦਾ ਮੋਬਾਈਲ। ਚਲੋ ਹੁਣ ਰੱਜੀ ਇੱਥੇ ਲੈਂਦੀ ਪਈ ਆਪਦੀ ਡਾਇਟ ਦਾ ਸਮਾਨ, ਸਬਜ਼ੀਆਂ ਸੁਬਜ਼ੀਆਂ ਸਾਰਾ ਕੁਝ ਲੈ ਲਵੇ। ਆਪਾਂ ਮੂਲੀਆਂ ਵੱਲ ਜਾਂਦੇ ਹਾਂ ਅੱਜ, ਆਪਾਂ ਫਿਰ ਮੂਲੀ ਵਾਲਾ ਪਰਾਂਠਾ ਬਣਾਵਾਂਗੇ। ਚਲੋ ਬਈ ਸਾਰਾ ਸਮਾਨ ਲੈ ਲਿਆ, ਤਾਂ ਹੁਣ ਆਪਾਂ ਗੱਡੀ 'ਚ ਬਹਿ ਕੇ ਚੱਲਦੇ ਹਾਂ ਘਰੇ। ਸਾਰਾ ਸਮਾਨ ਲੈ ਲਿਆ, ਟਾਈਮ ਹੋ ਗਿਆ 8:01, ਅਤੇ ਪੂਰਾ ਸੌਦਾ ਲੈ ਲਿਆ ਘਰੇ, ਸਮਾਨ ਵੀ ਨਹੀਂ ਹੈਗਾ ਸੀ, ਅਸੀਂ ਉਹ ਲੈਣ ਗਏ ਸੀਗੇ। ਚਲੋ 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 ਬੀਬੀ, ਦੇਖੋ ਜਦੋਂ ਤਾਂ ਗਏ ਸੀ ਇੱਥੇ ਹੀ ਬੈਠੀ ਆ, ਸੁੱਤੀ ਆ, ਹੈਨਾ ਡੈਡੀ? ਇਹਨੇ ਚੱਟਿਆ ਕਿ ਨਹੀਂ? ਉਦੋਂ ਤਾਂ ਚੱਟਿਆ ਹੀ ਨਹੀਂ। ਇਹ ਕਹਿੰਦੀ ਹੁਣੀ ਇਹ ਹੋ ਕੀ ਗਿਆ ਵਾ। ਚਲੋ ਗਾਇਸ ਗੁੱਡ ਮਾਰਨਿੰਗ, ਅਤੇ ਹੁਣ ਅਸੀਂ ਬੈਠੇ ਹਾਂ ਬਾਹਰ, ਦੇਖੋ ਉਹ ਉੱਧਰ ਮੱਝ, ਅਤੇ ਇਹਦੇ ਰਾਤ ਜੇਰ ਨਹੀਂ ਪਈ, ਅਤੇ ਆਹਨੂੰ ਨਾ ਕੱਟੇ ਨੂੰ ਤਾਂ ਕੋਲੇ ਨਹੀਂ ਆਉਣ ਦਿੰਦੀ ਕਿਤੇ, ਮਤਲਬ ਹੁੰਦਾ ਚੱਲ ਕੋਲੇ ਹੀ ਆ, ਪਰ ਸਿੰਗ ਜਿਹੇ ਡਾਉਂਦੀ ਆ ਵਿਚਾਰੇ ਦੇ,
ਇਹਨੂੰ ਤਾਂ ਚਾਹੁੰਦੀ ਮੈਂ ਚੱਕ ਕੇ ਪਰੇ ਹੀ ਸੱਟਦਾ। ਬਾਕੀ ਜਾਣਾ ਇਹ ਪਹਿਲੀ ਪਹਿਲੀ ਵਾਰੀ ਕਰਦੀ ਆ, ਮਤਲਬ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੇਰਾ ਬੱਚਾ ਜਾਂ ਕਿਸੇ ਦਾ ਵਾ, ਮੈਨੂੰ ਤੈਂ ਲੱਗਾ ਇਹ ਹੋ ਕੀ ਗਿਆ ਵਾ। ਲਾਵੇ ਸਤਿਗੁਰ ਨਾਨਕ, ਕਿਵੇਂ ਮੱਤਿਆ ਲਾਵੇ ਸਤਿਗੁਰ ਨਾਨਕ। ਚਲੋ ਬਈ ਮਿਸ਼ਰੀ ਦੇ ਲੱਗਦੇ ਆ ਮੱਝ, ਕਹਿੰਦੇ ਇਹਦੇ ਨਾਲ ਜੇਰ ਪੈ ਜਾਂਦੀ ਆ। ਗੁੱਡ ਮੋਰਨਿੰਗ, ਗੁੱਡ ਮੋਰਨਿੰਗ, ਸਵੇਰੇ ਨਾ ਗੁੱਡ ਮੋਰਨਿੰਗ ਬੋਲਣਾ ਵੀ ਔਖਾ ਹੋ ਜਾਂਦਾ, ਪਤਾ ਨਹੀਂ ਕੀ ਮੂੰਹ 'ਚੋਂ ਸਮਝ ਨਹੀਂ ਆਈ ਗੁੱਡ ਮੋਰਨਿੰਗ ਕਿਵੇਂ ਬੋਲੀ। ਅਤੇ ਚਲੋ ਸਾਰਿਆਂ ਨੂੰ ਗੁੱਡ ਮੋਰਨਿੰਗ। ਅਤੇ ਇੱਥੇ ਬਣਦੀ ਪਈ ਹੈ ਦੇਖੋ ਚਾਹ, ਬਣਦੀ ਆ ਲੈਚੀਆਂ ਹੁਣੇ ਪਾਈਆਂ ਘੁੱਟ ਕੇ। ਅਤੇ ਬਾਕੀ ਕੱਲ੍ਹ ਲੱਕੀ ਹੁਣੀ ਆਏ ਸੀ ਜਿਨ੍ਹਾਂ ਦੇ ਟਰੈਕਟਰ ਆ, ਅਤੇ ਉਹ ਬਾਅਦ 'ਚ ਮੈਂ ਵਲੋਗ ਪਾਊਂਗਾ। ਅਤੇ ਪਹਿਲਾਂ ਮੈਂ ਕਿਹਾ ਵੀ ਪਿਛਲਾ ਪਿਆ ਸੀਗਾ ਮੇਰੇ ਉੱਥੋਂ, ਮੇਰੇ ਕੋਲ ਥੋੜ੍ਹਾ ਜਿਹਾ ਮੱਝ ਦਾ, ਅਤੇ ਕਿਉਂਕਿ ਮੱਝ ਸੂਈ ਸੀ ਨਾ ਇਹਦਾ 5 ਕੁ ਮਿੰਟ ਦਾ ਪਿਆ ਸੀਗਾ, ਮੈਂ ਕਿਹਾ ਉਹ ਪਹਿਲਾਂ ਪਾਵਾਂ ਅਤੇ ਦੂਜਾ ਬਾਅਦ 'ਚ ਪਾਊਂਗਾ। ਦੇਖੋ 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 ਆ ਲੈ ਵੇਖ, ਉਹ ਚੋਰਾ ਚੋਰਾ ਚੋਰੀ ਆ ਗਿਆ। ਨੋ ਨੋ ਨੋ, ਓਏ ਕੱਟੇ ਦਾ ਕਰਕੇ ਆਉਂਦਾ, ਦੇਖੋ ਕੱਟਾ ਵੀ ਦੇਖ ਲਓ ਹੁਣ। ਹਾਂ ਬਈ, ਹਾਂ ਕੀ ਕੀ ਬੋਲ। ਅੱਛਾ ਤੂੰ, ਪਤਾ ਲੱਗ ਗਿਆ ਤੂੰ ਹੀ ਆ। ਅੱਛਾ ਦੁੱਧ ਪੀਣਾ ਵਾ, ਲੈ ਕੇ ਆਉਣੇ ਤੇਰ ਲਈ ਵੀ। ਬੜਾ ਇਹ ਤੇਜ਼ ਹੈਗਾ, ਸੋਚੋ ਇਹਨੂੰ ਭਾਵਾਂ ਇਹਦੀ ਮਾਂ ਇਹਨੂੰ ਲਾਗੇ ਨਹੀਂ ਨਾ ਲੱਗਣ ਦਿੰਦੀ ਚੱਲ, ਅਤੇ ਪਰ ਇਹ ਇਹਨੂੰ ਫੁੱਲ ਵੇਲਾ ਪਤਾ ਸੀ ਜੇ। ਵੇਖੋ ਕਈ ਵਾਰੀ ਕੱਟੇ ਨਹੀਂ, ਕੱਟੇ ਵਿਚਾਰੇ ਲੋਹਲੇ ਜਿਹੇ ਹੁੰਦੇ ਆ, ਇਹ ਕੱਟਾ ਤੇਜ਼ ਆ ਅਤੇ ਇਹਦੀ ਮਾਂ ਵਾ ਜਿਹੜੀ ਉਹ ਮਾਰਦੀ ਆ। ਵੀ ਇਹ ਕੱਟਾ ਬੀਬੀ ਤਾਂ ਬੋਲਦਾ ਵਾ, ਇਹ ਕਹਿੰਦਾ ਵਾ ਮੇਰੀ ਮਾਂ ਉਹੋ ਜਿਹੀ, ਆ ਜਾਓ ਮਾੜਾ ਜਿਹਾ ਖੜ੍ਹ ਜਾਓ, ਉਹਦੀਆਂ ਲੱਤਾਂ ਫੜੋ, ਇਹਨੂੰ ਬੋਤਲ 'ਚ ਦੁੱਧ ਪਿਆਈਦਾ ਕਿਉਂਕਿ ਉਹ ਮਾਰਦੀ ਆ ਨਾ। ਐਂ ਬੋਲਦੇ ਨਾ ਟ੍ਰੇਨ 'ਚ, ਤਾਂ ਹੀ ਰੱਜੀ ਚਾਹ ਮੰਮੀ ਬੜੀ ਪੀਂਦੀ ਫਿਰ। ਵਾਹ, ਇੱਥੇ ਤਾਂ ਪੱਖਾ ਮੈਂ ਲੱਗਾ ਹੋਇਆ, ਇੱਥੇ ਡੈਡੀ ਹੁਣੀ ਰਾਤ ਸੁੱਤੇ ਸੀਗੇ, ਮੱਝ ਦਾ ਖਿਆਲ ਰੱਖਦੇ ਕਿਉਂਕਿ ਮੰਮੀ ਕੀ ਪ੍ਰੋਬਲਮ ਆ ਮੱਝ ਨੂੰ? ਕੁਛ ਨਹੀਂ, ਉਹ ਮੈਨੂੰ ਵਧੀਆ ਮੈਂ ਲੱਗ ਪਈ ਮੇਰੇ ਨੂੰ ਪਹਿਲਾਂ ਨਾ ਨਾ। ਤੇ ਉਹਨਾਂ ਨੂੰ ਕਿਉਂ ਇਹ ਗੁੜ ਦੇਣਾ ਵਾ? ਉਹ ਬਈ ਆਪਾਂ ਚੈੱਕ ਕਰਾਈਆਂ ਕੱਲ੍ਹ ਡਾਕਟਰ ਤੋਂ। ਹਾਂ ਡਾਕਟਰ ਪਹਿਲਾਂ ਤਾਂ ਹੈਗੀਆਂ, ਚੈੱਕ ਤੂੰ ਯਾਰ ਵਿਹਲੀਆਂ ਹੀ ਆ। ਵਿਹਲੀਆਂ ਲੈ, ਕੰਮ ਕਰਾ ਲੈਂਦੇ ਆਪਾਂ ਇਹਨਾਂ ਤੋਂ। ਬੜੀ ਗੰਦੀ ਆ ਆ ਚੀਜ਼, ਤਾਂ ਬਹੁਤ ਜ਼ਿਆਦਾ ਸਵਾਦ ਦਿੱਤੀ, ਹੋਰ ਲੈ ਕੇ ਆਓ। ਬਸ ਹੁਣ ਖਤਮ ਹੋ ਗਈ ਆ। ਹਾਂ ਵਧੀਆ, ਕੁਛ ਵੀ ਨਹੀਂ ਕਹਿਣ ਡਈ, ਚੱਲ ਵਧੀਆ ਸ਼ੁਕਰ ਆ ਖੜ ਗਈ। ਨਾ ਭਰਾਵਾ ਢੁੱਡ ਮਾਰ, ਉਹ ਅੱਗੇ ਉਹ ਜੀ ਅੱਜ ਮਿਲਕਿੰਗ ਕਰਨ ਦੇ ਕਾਫੀ ਚਿਰ ਬਾਅਦ, ਇਹ ਚੱਲ ਫਿਰ ਵੀ ਖੜ ਗਈ। ਇੱਕ ਪਹਿਲੀ ਇੱਕ ਸੀ ਉਹ ਜਮਾ ਹੀ ਨਹੀਂ ਖੜੀ, ਖੜਦੀ ਹੁੰਦੀ ਸੀ ਇਹ ਤੇਜ਼ ਆ ਹਨਾ ਹਨਾ। ਬੀਬੀ ਨੂੰ ਤਾਂ ਬਹੁਤ ਚਾਅ ਜਦੋਂ ਮੱਝ ਮੁੱਝ ਸੁਣਦੀ, ਬੀਬੀ ਰਹਿੰਦੀ ਦੇਖੋ ਬਾਹਰ ਆ ਨਹੀਂ ਤਾਂ ਅੰਦਰ। ਚੱਲ ਜਾ ਬਈ, ਆ ਫਿਰ ਕਿਨਵਾ ਕੱਪ ਆ ਹੁਣ ਸੱਚ ਦੱਸੀ ਚਾਹ ਦਾ ਕਿਨਵਾ? ਰੱਜੀ ਦੇ ਬਈ ਕਮਾਲ ਕਰਤੀ, ਕਦੋਂ ਦੇ ਉੱਠੇ ਆਪਾਂ? ਕਿਵੇਂ ਥੋੜੀ ਥੋੜੀ ਕਰਕੇ ਠੰਡੀ ਕਰਤੀ, ਪਹਿਲੇ ਗਲਾਸ ਫੜਿਆ ਸੀਗਾ ਹੁਣ ਇਹ ਹੁਣ ਕੱਪ ਲੈ ਆਂਦਾ। ਉਹ ਤਾਂ ਇੰਨੇ ਹੀ ਲੱਗਦਾ ਜਿਹੜਾ ਕੰਮ ਕਰਕੇ ਰੱਖ ਕੇ ਫਿਰ ਕੰਮ ਕਰਦੀ ਆ ਫਿਰ ਪੜ੍ਹਦੀ ਆ। ਮੈਂ ਕਿਹਾ ਕੱਲੀ ਸੀਮਾ ਹੈ ਇੱਥੇ ਦੇਖੋ ਪੱਖਾ ਚੱਲਦਾ ਪਿਆ, ਸ਼ਾਇਦ ਤੁਹਾਨੂੰ ਡਿਸਟਰਬੈਂਸ ਹੁੰਦੀ ਹੋਵੇ ਇਹਦੀ ਕਿਉਂਕਿ ਆਵਾਜ਼ ਪੱਖੇ ਦੀ ਬਹੁਤ ਆ। ਸ਼ਾਇਦ ਕਈ ਵੀਡੀਓ ਦੇ ਵਿੱਚ ਬੰਦ ਕਰ ਦਿੰਦੇ ਆ, ਸਾਡੇ ਚੱਲਦਾ ਹੀ ਹੁੰਦਾ, ਸਾਡੇ ਕੋਲ ਗਰਮੀ 'ਚ ਨਹੀਂ ਵਿਆਹ ਜਾਂਦਾ, ਅਸੀਂ ਵੀਡੀਓ ਦੇ ਲਈ ਵੀ ਨਹੀਂ ਬੰਦ ਕਰੀਦਾ। ਬਾਕੀ ਕਦੀ ਕਦੀ ਕਈ ਕਰੀਦਾ ਜਦੋਂ ਆਵਾਜ਼ ਬਿਲਕੁਲ ਨਹੀਂ ਆਉਂਦੀ। ਅਤੇ ਚਲੋ ਗਾਇਸ ਹੁਣ ਮੈਂ ਕਿਹਾ ਬਲੌਗ ਦਾ ਵੀ ਐਂਡ ਕਰ ਦਈਏ, ਅਤੇ ਅਸੀਂ ਅਜੇ ਵੀ ਇੱਥੇ ਬੈਠੇ ਪੱਖੇ ਦੇ ਮੂਹਰੇ ਬੈਠਾ ਮੈਂ। ਅਤੇ ਜੇ ਵਧੀਆ ਲੱਗਾ ਬਲੌਗ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਮਿਲਾਂਗੇ ਅਗਲੇ ਬਲੌਗ ਘੈਂਟ ਦੇ ਨਾਲ। ਬਾਏ।